सब्सक्राइब कीजिए गोल्डन पिक्चर्स को, बेल आइकॉन का बटन जरूर दबाइए लेटेस्ट वीडियो देखने के लिए। अग निकलनी पूरी मैच भाई, थाड़ थाड़ आवाज बजनी कन्ना च, वेखी चलो ਉਧਰ ਬਾਜਰੀ ਦੀਆਂ ਪੰਜ ਬੱਲਾਂ ਦਾ ਜਿਹੜਾ ਪੰਜ ਸਾਨ ਸ਼ੇਰ ਵਾਲਾ ਬਟਨ ਪਾੜ ਓਏ ਬਬਲੂ ਪੰਜ ਬੱਲਾ ਕਰਾਉਂ ਸਿਰਾ ਆਪਾਂ 500 ਨਾਲ ਸਨਮਾਨ ਜਿਹੜੇ ਕਰਾਂਗੇ ਸਹਿਬਾਈ ਰਾਜਪਾਲ ਬਾਜੜੀ ਇੱਕ ਨੰਬਰ ਬਾਕੀ ਇਧਰ ਦਸੀ ਟੀਮਾਂ ਕਿਤੇ ਕਿਤੇ ਮੈਚ ਸ਼ੇਰ ਨਹੀਂ ਕੀਤਾ ਤਾਰੇ ਕੀ ਹਾਲਾ ਬਾਈ ਲਵੀ ਢਿੱਲੋ ਟੀਮਾਂ ਉਹਦੀ ਤਿੰਨ ਨੰਬਰ ਦੇ ਕੀ ਹਾਲਾ ਲਵੀ ਲਾਸਟ ਨੰਬਰ ਉਧਰ ਥੰਮਣ ਵਾਲਾ ਬੀ ਤੇ ਗੰਡੂਆ ਦੀ ਟੀਮਾਂ ਤਿੰਨ ਨੰਬਰ ਚਾਉਣਗੀਆਂ ਥੰਮਣ ਵਾਲਾ ਬੀ ਤੇ ਗੰਡੂਆ ਟੋਨੀ ਜੀ ਟੀਮਾਂ ਉਹ ਜਲਦੀ ਦੇ ਇੱਕ ਨੰਬਰ ਬਾਕੀ ਹੈ ਹਾਲੋ ਆਵਾਂਗੇ ਨਸੀਮ ਲਤਾਲੇ ਬਾਈ ਹਾਂਜੀ ਹਾਂਜੀ ਸੱਤਰ ਕੇ ਆਏ ਵੀਰੇ ਸਾਰੇ ਆਏ ਮੈਨੂੰ ਲੱਗਦਾ ਲਵੀ ਢਿੱਲੋਂ ਕੀ ਹਾਲਾ ਵਿਕਰਮ ਧੰਨਵਾਦ ਧੰਨਵਾਦ ਸਾਰੇ ਭਰਾਵਾਂ ਧੰਨਵਾਦ ਖਿੱਚ ਕੇ ਰੱਖੋ ਕੰਮ ਨੂੰ ਬਾਬਾ ਮੇਹ ਰੱਖੇ ਪੈਣੇ ਪਟਾਕੇ ਆ ਦੀਪ ਵੈਲਕਮ ਵੈਲਕਮ ਬਾਈ ਕੱਲ੍ਹ ਫਸਟ ਫਰੋਸ਼ਾ ਵੀ ਆ ਬਾਈ ਸੈਕਿੰਡ ਭਨਿਆਰੀ ਆ ਕੱਲ੍ਹ ਮੈਂ ਸਾਂਝਾ ਹੋ ਗਿਆ ਸੀ ਜਿਹੜੇ ਵੀ ਮੈਚ ਬਹੁਤ ਤਗੜਾ ਖੇਡਿਆ ਜਾਵੇਗਾ ਟੀਮਾਂ ਗਰਾਊਂਡ ਦੇ ਨੇੜੇ ਰਹਿਣਗੀਆਂ ਮੇਰੀ ਬੇਨਤੀ ਹੈ ਟੀਮਾਂ ਨੂੰ ਥੰਮਣ ਵਾਲੇ ਦੀ ਬੀ ਟੀਮ ਆ ਗਈ ਹੈ ਉਸਨ ਕੀ ਆਲਾ ਉਸਨ ਬਾਰ ਆਸਟ੍ਰੇਲੀਆ ਨੂੰ ਇੱਜ ਤਲਾ ਬਿੱਲੂ ਬਣੋਰੀ ਪਰਲੀ ਸਾਈਡ ਥੰਮਣ ਵਾਲੇ ਦੀ ਬੀ ਟੀਮ ਜਿਹੜੀ ਆ ਗਈ ਹੈ ਗਰਾਊਂਡ ਦੇ ਵਿੱਚ ਮੁਕਾਬਲਾ ਗੰਡੂਆਂ ਦੀ ਟੀਮ ਦੇ ਨਾਲ ਹੈ ਇੱਕ ਰੈਫਰੀ ਆ ਜੇ ਰੋਡਿਆਂ ਦੀ ਟੀਮ ਜਿਹੜੀ ਜਿੱਤ ਰਹੀ ਹੈ ਵਧੀਆ ਵਧੀਆ ਪ੍ਰੀਤ ਲਖਵੀਰ ਲੱਖਾ ਟੀਮ ਵੀ ਬਣ ਕੇ ਆਈ ਹੈ ਜਿਸ ਖੇਡ ਮੇਲੇ ਤੇ ਗੁਰਵੀਰ ਵੀ ਪੁੱਜਿਆ ਦੇ ਜੋਗੇ ਵਰਗੇ ਟੋਨੀ ਵਰਗੇ ਖਿਡਾਰੀ ਅਜਮੇਰ ਸਿੰਘ ਦੇ ਕਹਿੰਦੇ ਪੁੱਤਰ ਪੁੱਜੇ ਆ ਮੈਂ ਬੇਨਤੀ ਕਰਦਾ ਜੀ 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 ਕਰਿਓ ਸ਼ੇਰ ਵਾਲਾ ਬਟਨ ਦਬਿਓ ਕੋਈ ਰੈਫਰੀ ਲਾ ਦਿਓ ਜੀ ਇੱਕ ਬਨਿਆਰੀ ਤੇ ਅੱਜ ਦਲੇ ਦਾ ਮੈਚ ਚੱਲਦਾ ਹੋਇਆ ਯਾਰ ਰੈਫਰੀ ਲਾ ਕੇ ਬਹੁਤ ਹੀ ਲੇਟ ਆਏ ਆ ਉਹ ਬਿੱਟੂ ਆ ਗਿਆ ਬਿੱਟੂ ਕਿੱਥੇ ਆ ਬਈ ਬਿੱਟੂ ਰੋਟੇ ਯੁਵਰਾਜ ਸੈਦ ਖਾਨ 10 ਮਿੰਟ ਬਚਾ ਲਿਆ ਆਪਣਾ ਉਹਨੇ ਟਾਈਮ ਨਾਲ ਵੈਲਕਮ ਵੈਲਕਮ ਬਾਈ ਠੀਕ ਹੈ ਯੁਵਰਾਜ ਮਾਨ ਕੀ ਹਾਲ ਆ ਵੀਰੇ ਯੁਵਰਾਜ ਪ੍ਰਬੰਧ ਦੇ ਬੜੀ ਆ ਪ੍ਰਬੰਧ ਜਿਹੜੇ ਕੀਤੇ ਆ ਸੰਦੂਸਾਜ ਵੈਲਕਮ ਬਾਈ ਵਾਲੀਬਾਲ ਦੇ ਕਦਰਦਾਨ ਬੈਠੇ ਆ ਚਾਰ ਤੇ ਜੁਫੇਰੇ ਇਹ ਵਾਲੀਬਾਲ ਨੂੰ ਪਿਆਰ ਕਰਨ ਵਾਲੀ ਸੰਗਤ ਹੈ ਲਓ ਖੇਡ ਦੇ ਮੈਦਾਨ ਦੇ ਵਿੱਚ ਇਹ ਖੱਡਿਆ ਵਿਚਾਲੇ ਨੈਟ ਪਾਈਆਂ ਨੇ ਦੋ ਵੱਡੀਆਂ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਬਨਿਆਰੀ ਤੇ ਅੱਜ ਤੜੇ ਦਾ ਮੈਚ ਹੈ ਟੀਮਾਂ ਦੋਨੋਂ ਚੰਗੀਆਂ ਕੋਈ ਮਾਰੂ ਸ਼ਾਟਾ ਕੋਈ ਕਰੂਗਾ ਡਿਫੈਂਸ ਹੁਣ ਟਿਕ ਟਿਕ ਕੇ ਪਰ ਜੀਦੇ ਆਲੀ ਵਾਲੇ ਦਾ ਦੱਸਾਂਗੇ ਦੱਸਾਂਗੇ ਵੀਰੇ ਵੇਟ ਕਰ ਲਓ ਲਾਪਰੀ ਤੋਂ ਉਹਨੇ ਜਾਣਾ ਜਿੱਤ ਕੇ ਜੀਦੇ ਗੁੱਟਾਂ ਦੇ ਵਿੱਚ ਜੋਰ ਸੇ ਤਾਂ ਜੋਤ ਡਾਉਣੀ ਆ ਬਾਈ ਜਾਣਾ ਜਿੱਤ ਕੇ ਸੱਤਾ ਪਟੇਗੜ ਵਾਲਾ ਦੇਖੋ ਸਾਹਮਣੇ ਸੱਤਿਆਰ ਕੇ ਸਾਰੇ ਆਏ ਪਟੂਰੀ ਵਾਲਾ ਹੈ ਪੀਆਰੀ ਵੀ ਕਹਿੰਦੇ ਪੱਕੀ ਹੈ ਪਰ ਖੇਡ ਦਾ ਮੈਦਾਨ ਹੋਵੇ ਜੰਗ ਦਾ ਮੈਦਾਨ ਰਾਜੇ ਖੇਲੇ ਤਲੀ ਤੇ ਟਕਾਉਣੀ ਪੈਂਦੀ ਜਾਣ ਰਾਜੇ ਖੇਲੇ ਤਲੀ ਤੇ ਟਕਾਉਣੀ ਪੈਂਦੀ ਜਾਣ ਪਰਪੀ ਗੰਦਾਰਾ ਕੀ ਯਾਰ ਵੀਰੇ ਕੱਢ ਕੇ ਪਰਪੀ ਗੰਦਾਰਾ ਕੱਢ ਕੇ ਜਗਸੋਣ ਹੋ ਜਣਾ ਖੋਖੇ ਤਸੱਲੀ ਵਾਲੀ ਸ਼ਰਮਾ ਮਿੱਤਰੋ ਰਾਜੇ ਖੇਲੇ ਆਈ ਆ ਵੀਰੇ ਆਈ ਆ ਗਲਗੇੜਾ ਤੇ ਝੜ ਗਈ ਸਰੀਰਾਂ ਵਾਲੀ ਕੰਡ ਮਿੱਤਰੋ ਰਾਜੇ ਖੇਲੇ ਅੱਤ ਦਾ ਵੀ ਸਿਰਾ ਹੋ ਗਿਆ ਰਾਉਂਡ ਵੀਰੇ ਦੂਜਾ ਰਾਉਂਡ ਆ ਸੈਕਿੰਡ ਰਾਉਂਡ ਸੈਕਿੰਡ ਰਾਉਂਡ ਮਿੱਤਰੋ ਅੱਜ ਕਹਿੰਦੇ ਸਾਰੀ ਕੰਡ ਸਰੀਰਾਂ ਦੀ ਇੱਥੇ ਝੜਦੀ ਹੈ ਪਤਾ ਲੱਗੂਗਾ ਸਮੇਂ ਦੇ ਨਾਲ ਲਓ ਦੇਖੋ ਸਾਹਮਣੇ ਜਿੱਤ ਵਾਲੇ ਸ਼ੇਰ ਜ਼ਰੂਰ ਕਰਿਓ ਗਰਜਨ ਬਾਈ ਮਿੱਤਰੋ ਦੁਨੀਆ ਸਸਿਕਾਲ ਵੀਰੇ ਗਰਜਨ ਬੰਦਿਆ ਪ੍ਰਬੰਧਿਆ ਸਗਰਾਜਮਾਨ ਅਮਨ ਬੱਲ ਬੇਦ ਤੇ ਮੁਸ਼ੱਕਤ ਦੀਪ ਸਿੰਘ ਵਾਲਾ ਆਇਆ ਬਾਈ ਹੋਵੇਗੀ ਫਤਿਹਗੜ ਵਾਲੇ ਦੇ ਵੀ ਪਿਆਰਾ ਥੱਲੇ ਐ ਨੱਕ ਮੱਚਦੀ ਐ ਪੰਡੂਰੀ ਵਾਲੇ ਨੂੰ ਲੋਕੀ ਪੰਪ ਬੰਬ ਕਹਿੰਦੇ ਆ ਵਾਲੀਬਾਲ ਦਾ ਕੀ ਹਾਲਾ ਕਰ ਸੈਂਟਰ ਖੇਦਰ ਕੰਪਿਊਟਰ ਦੇ ਬਾਲ ਬਾਜੜੀ ਕੱਲ ਨੂੰ ਲਤਾਗਾ ਬੈਠਾ ਹੈ ਇਹਨੇ ਜਗਰੂ ਉਹ ਕਬੂਤਰ ਰੱਖੇ ਆ ਜਿਨ੍ਹਾਂ ਦੀਆਂ ਚੁੰਝਾਂ ਮੁੜੀਆਂ ਪਈਆਂ ਹੈ ਇਹਨੇ ਉਹ ਕਬੂਤਰ ਦਾ ਦਿਖਾਵਾਂਗੇ ਮੈਂ ਕੋ ਜਿੰਦਰ ਵੇਟ ਕਰ ਲੋ ਬਾਈ ਕੁੱਕੜ ਵੀ ਉਹ ਰੱਖੇ ਆਪੇ ਲੜਦੇ ਆ ਪਨਿਆਰੀ ਦਾ ਲੈਫਟ ਸਾਈਡ ਕੁੱਕੜ ਬਬਲੂ ਬਬਲੂ ਫਤਿਹਗੜ ਭਾਈ ਦੂਰ ਗੁਰਪ੍ਰੀਤ ਦੇਵ ਫਿਰ ਫੈਸਲੇ ਕਰਾ ਦੇ ਬਾਲ ਦਾ ਕੰਪਿਊਟਰ ਤਿਆਰ ਪਰ ਤਿਆਰ ਹੈ ਮੇਰੇ ਮਿੱਤਰੋ ਸਰਵ ਸਮੂਹ ਹਾਂ ਜੋਤ ਧੰਨਵਾਦ ਯਾਰਾ ਪਟੂਰੀ ਵਾਲਿਆ ਬਚ ਕੇ ਰਹੀ
ਸ਼ਾਲੂ ਕਹਿੰਦਾ ਕਈ ਦਿਨਾਂ ਬਾਅਦ ਆਇਆ ਤੇ ਅੱਜ ਬੰਦ ਨੂੰ ਚੱਲਣ ਇੱਧਰ ਬੱਲੇ ਬੱਲੇ ਮੇਰੇ ਮਿੱਤਰੋ ਫਤਿਹਗੜ੍ਹ ਵਾਲੇ ਨੇ ਕਈ ਮੇਲੇ ਜਿੱਤੇ ਆ ਫਤਿਹਗੜ੍ਹ ਵਾਲੇ ਨੇ ਕਹਿੰਦੇ ਕਈ ਮੇਲੇ ਆਪਣੇ ਨਾਮ ਜਿਹੜੇ ਕੀਤੇ ਆ ਕਿਹੜਾ ਖਿਡਾਰੀ ਬੱਲੇ ਬੱਲੇ ਸਵਾਦ ਜਿਹੜੇ ਜਿਹੜੇ ਬਬਲੂ ਦੀ ਖੇਡ ਦੇ ਦਵਾਨੇ ਕਰੀ ਤਾੜੀ ਤੂੜੀ ਮਾਰੋ ਮੁੰਡੇ ਦੇ ਰਹੀ ਜਿਹੜੇ ਜਿਹੜੇ ਬਬਲੂ ਨੂੰ ਪਿਆਰ ਕਰਦੇ ਆ ਬਾਕੀ ਕਹਿੰਦੇ ਸਟੂਡੀਆ ਦੇ ਮੁੰਡੇ ਨੇ ਨਾਂ ਬਣਾਇਆ ਬਚਾਓ ਬਾਈ ਤੂੰ ਬਚਾ ਲਾ ਬਾਲ ਵਧੀ ਦੇ ਕਾਲਜਾ ਗੁਰਦੇ ਨੂੰ ਬਣੂਗਾ ਮੈਂ ਪਹਿਲਾਂ ਦੱਸਿਆ ਕਿ ਕੁਰਸੀਆਂ ਵੀ ਪਲਾਸਟਿਕ ਦੀਆਂ ਹੈ ਤੇ ਅੱਜ ਪੰਡੋਰੀ ਵਾਲਾ ਵੀ ਆਇਆ ਪੁਆਇੰਟ ਦੱਸ ਦੇ ਵੀਰੇ ਸਾਡੇ ਸ਼ਰਮਾ ਸਾਹਿਬ ਉਹ ਕਹਿੰਦੇ ਜੇ ਸ਼ਾਲੂ ਪੰਜ ਵਾਲਾ ਕ੍ਰੋਸ ਕਰੇ ਆਪਾਂ 500 ਦੇ ਮਾਨ ਸਨਮਾਨ ਜਿਹੜੇ ਕਰਦੇ ਨੇ ਆਪਾਂ 500 ਦਾ ਸਨਮਾਨ ਜਿਹੜਾ ਕਰਨਾ ਹੈ ਬਾਬਾ ਤੁਹਾਡੀਆਂ ਵੰਡਣ ਲੱਗਾ ਉਹ ਬਾਬਣ ਟੱਲੀਆਂ ਲੈ ਗਏ ਬਾਣੀਏ ਹੱਟ ਲੈ ਗਏ ਨਾਈਆਂ ਦੇ ਮੰਗਲੇ ਮਰਗਾਂ ਦੇ ਵੈਣ ਪਾਉਣੇ ਮੱਤ ਲੈ ਗਏ ਅਮਨ ਤੇ ਚੈਨ ਮੰਗਿਆ ਠੱਗ ਮਾਰਨਾ ਕਿਸੇ ਦਾ ਹੱਕ ਲੈ ਗਏ ਗੱਲਾਂ ਬਾਤਾਂ ਨੂੰ ਗਲਾ ਮਰਾਸੀਆਂ ਦਾ ਮੁਸਲਮਾਨ ਸ਼ਾਇਰੀਆਂ ਖੱਟ ਲੈ ਗਏ ਲੱਕੀ ਸ਼ਾਹ ਜੋ ਬਚੀਆਂ ਕਈਆਂ ਰੱਬੀਆਂ ਇਹ ਜਾਤਾਂ ਬਾਤਾਂ ਆਪਾਂ ਬਣਾ ਲਈਆਂ ਨੰਬਰ 7 ਦੱਸੂਗਾ ਮੱਲਵਾਲ ਦਾ ਕਿੰਨੇ ਕਿੰਨੇ ਹੈ ਵਿੱਕੀ ਕੀ ਹਾਲ ਵੇ 4 ਇੱਕ ਨੰਬਰ ਦਾ ਫਰਕ ਬਾਕੀ ਹੈ 3 ਤੇ 4 ਦਾ ਮੁਕਾਬਲਾ ਹੈ ਦੁਨੀਆ ਦੇ ਕਹਿੰਦੇ ਸਟਾਰਾਂ ਦੀ ਜਿਹੜੀ ਟੱਕਰ ਹੈ ਮੇਰੇ ਮਿੱਤਰੋ ਗਲਤੀ ਕਰ ਬੈਠਾ ਮੈਚ ਬਿਲਕੁਲ ਬਰਾਬਰੀ ਤੇ ਹੈ 4-4 ਨੰਬਰ ਦੋਵਾਂ ਟੀਮਾਂ ਦੀ ਟੀਮ ਚਾਰ ਨੰਬਰ ਕਹਿੰਦੇ ਮੋਗੇ ਵਾਲੇ ਆਉਂਦੇ ਹੈ ਕਿ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਮੋਗੇ ਵਾਲੇ ਫੌਜ ਵਿੱਚ ਪਾਲੇ ਭਰਤੀ ਰੱਖ ਲਾ ਇੱਧਰ 3 ਨੰਬਰ ਚ ਨਿੱਕੇ ਨਿੱਕੇ ਬੱਚਿਆਂ ਨੇ ਤਾੜੀਆਂ ਮਾਰੀਆਂ ਕਿ ਵਾਕਈ ਆਸਟ੍ਰੇਲੀਆ ਵਾਲਾ ਗੱਲ ਟਿਕਾਣੇ ਲਾ ਰਿਹਾ ਹੈ ਥੰਮਣ ਵਾਲਾ ਪੀ ਤੇ ਦੂਜੇ ਪਾਸੇ ਮੁੰਡੇ ਲੁਧਿਆਣੇ ਜ਼ਿਲ੍ਹੇ ਤੋਂ ਚੱਲ ਕੇ ਆਏ ਹੈ ਸੋਨੂ ਸਿੰਘ ਵਧੀਆ ਵਧੀਆ ਵੀਰੇ ਸੋਨੂ ਕੀ ਆ ਰਿਹਾ ਯਾਰ ਪੂਰੇ ਮੰਗਾਲੇ ਵਾਲਿਓ ਜੱਸੀ ਬਿੰਨੀ ਗਰੇਵਾਲ ਪੂਰੇ ਭਾਰਤ ਕੀ ਆ ਰਿਹਾ ਵੀਰੇ 12,500 956 ਪਿੰਡ ਲੁਧਿਆਣੇ ਜ਼ਿਲ੍ਹੇ ਦੇ ਗੁਰਜੀਤ ਗਿੱਟੀ ਵੈਲਕਮ ਬਾਈ ਟੀਮ ਚੱਲ ਕੇ ਆਈ ਹੈ ਅੰਮ੍ਰਿਤ ਔਲਖ ਕੀ ਹਾਲ ਆ ਵੀਰੇ ਵਧੀਆ ਵਧੀਆ ਵੀਰੇ ਲਾਲੀ ਬਾਠਾ ਮੈਚ ਇੱਧਰ ਵੀ ਬੜਾ ਤਕੜਾ ਹੈ ਨਾਲ ਕਹਿੰਦੇ ਗੁਰਪਿੰਦਰ ਖੇਡਦਾ ਕਰਮ ਖੇਡਦਾ ਬਹੁਤ ਵਧੀਆ ਮੈਚ ਆਪਾਂ ਦੇਖ ਰਹੇ ਹੈ ਗੰਡੂਆਂ ਦੀ ਟੀਮ ਵੀ ਬੜੀ ਮੰਨੀ ਪ੍ਰਬੰਨੀ ਟੀਮ ਹੈ ਇੱਕ ਯਾਨਦਾਰ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਉਧਰ ਥੰਮਣ ਵਾਲੇ ਦੀ ਟੀਮ ਵੀ ਬੜੀ ਤੂਫਾਨੀ ਹੈ ਰਵੀ ਧਾਲੀਵਾਲ ਅੰਮ੍ਰਿਤ ਖੇਡਾਂ ਨੂੰ ਲਓ ਮੁਕਾਬਲਾ ਜਾਨਦਾਰ ਹੈ ਬੱਲੇ ਵਾਹ ਇੱਧਰ ਮੁੰਡੇ ਨੇ ਕਮਾਲ ਹੀ ਕਰ ਦਿੱਤੀ ਹੈ ਤੇ ਨੰਬਰ ਥੰਮਣ ਵਾਲੇ ਉਧਰ ਬਾਈ ਸੁੱਖਾ ਸਿੱਧੂ ਸਾਡਾ ਵੀਰ ਬਘੇਲੇ ਵਾਲੀ ਆ ਕਨੇਡਾ ਦਰਮਿਆਨ ਪੁੱਜੇ ਹੋਏ ਹੈ ਬਹੁਤ ਵੱਡਾ ਧੰਨਵਾਦ ਹੈ ਸਾਰੇ ਇੱਧਰ ਆਈ ਭਰਾਵਾਂ ਦਾ ਖੇਡ ਦੇ ਕਿ ਥੰਮਣ ਵਾਲੇ ਦੇ ਵਿੱਚ ਜਿਹੜੇ ਜਿਹੜੇ ਭਰਾਵਾਂ ਨੂੰ ਲੋੜ ਆ ਨਾ 4 ਕਹਿੰਦੇ ਕੁਰਸੀ ਦੀਆਂ ਲੱਤਾਂ ਤੇ 2 ਆਪਣੀਆਂ ਤੇ ਕੁਰਸੀਆਂ ਇੱਧਰ ਪਈਆਂ ਵੀਰਾਂ ਨੇ ਪ੍ਰਬੰਧ ਕੀਤੇ ਆ ਜਿਹੜੇ ਵੀਰ ਖੜੇ ਕੁਰਸੀਆਂ ਲਿਜਾ ਸਕਦੇ ਤੇ ਕੁਰਸੀਆਂ ਪਈਆਂ ਸਾਡੇ ਵੀਰਾਂ ਨੇ ਪ੍ਰਬੰਧ ਕੀਤੇ ਆ ਕੁਰਸੀਆਂ ਤੇ ਜੇ ਕਿਸੇ ਵੀਰ ਨੇ ਬਹਿਣਾ ਤੇ ਕਾਲੀ ਦੀਏ ਰੁਪਿੰਦਰ ਕੁਰਸੀਆਂ ਵਾਧੂ ਹੈ ਵੀਰ ਜਰੂਰ ਦੇਵਾਂਗੇ ਰੁਪਿੰਦਰ
ਫਤਿਹਗੜ੍ਹ ਪੰਜ ਤੁਰ ਪਿੰਡ ਹੈ ਤੇ ਨਾਲ ਮੈਂ ਦੇਖਦਾ ਵੀ ਇੱਧਰ ਪੰਡੋਰੀ ਵਾਲਾ ਬਿੱਲੂ ਬੱਲੂ ਕਹਿੰਦੇ ਗੁਰੂ ਮੰਨਦਾ ਹੈ ਬਿੱਲੂ ਨੂੰ ਗੁਰੂ ਗੁਰੂ ਹੁੰਦਾ ਕੇਲਾ ਕੇਲਾ ਗੁਰੂ ਗੁਰੂ ਤੇ ਕੇਲਾ ਕੇਲਾ ਹੁੰਦਾ ਕਾਮਾ ਕਾਮਾ ਤੇ ਵੇਲਾ ਵੇਲਾ ਹੁੰਦਾ ਗੁਰੂ ਗੁਰੂ ਤੇ ਕੇਲਾ ਕੇਲਾ ਹੀ ਹੇਲਾ ਇੱਕ ਪਾਸੇ ਗੁਰੂ ਹੈ ਦੂਜੇ ਪਾਸੇ ਕੇਲਾ ਹੈ ਪੰਡੂਰੀ ਵਾਲੇ ਦੀ ਪਿੰਜੜੀ ਦੇ ਕਈ ਵਿਹੜੇ ਕੇ ਬਣਾਈ ਕੀ ਫਿਰਦਾ ਹੈ ਇਹਨੂੰ ਬਾਦਸ਼ਾਹ ਦਾ ਖਿਤਾਬ ਪਹਿਲਾਂ ਮਿਲਿਆ ਇਹਨੇ ਬਾਦਸ਼ਾਹ ਬਣਾਇਆ ਹੈ ਉਹਨੇ ਵੀ ਗੱਲ ਕਹਿੰਦੇ ਆ ਜਿਹੜੀ ਟਿਕਾਣੇ ਲਾਈ ਹੈ ਪੰਡੂਰੀ ਵਾਲੇ ਦੀ ਦਹਿਸ਼ਤ ਪੂਰੀ ਹੈ ਜਦੋਂ ਦੋ ਚਾਰ ਮੇਲੇ ਖੇਡ ਗਿਆ ਤੇ ਫੇਰ ਕਈਆਂ ਦੇ ਸੁਪਨਿਆਂ ਚ ਆਉਣਾ ਹੈ ਫਤਿਹਗੜ੍ਹ ਵਾਲਾ ਵੀ ਕਹਿੰਦੇ ਗਲਤੀ ਕਰ ਬੈਠਾ ਵਾਲੇ ਦੇ ਖਾਤੇ ਦੇ ਵਿੱਚ ਜਾ ਚੁੱਕੀ ਹੈ ਉਧਰ ਸਾਡਾ ਵੀਰ ਪੰਮਾ ਵੀ ਪੁੱਜਿਆ ਕਾਲੀਆਂ ਦੀ ਧਰਤੀ ਹੈ ਸਾਰੇ ਵੀਰ ਆਏ ਆ ਸੱਤੇ ਉੱਡੇ ਬਾਈ ਪੰਮਾ ਵੀ ਆਇਆ ਹੈ ਜਿਹਨੇ ਕਹਿੰਦੇ ਫਤਿਹਗੜ੍ਹ ਵਾਲੇ ਦਾ ਸਨਮਾਨ ਕਹਿੰਦੇ ਵਾਸ਼ਿੰਗ ਮਸ਼ੀਨ ਨਾਲ ਕੀਤਾ ਵੱਡੇ ਮਾਣ ਜਿਹੜੇ ਕੀਤੇ ਹੈ ਫਤਿਹਗੜ੍ਹ ਦਾ ਬਬਲੂ ਸਾਡੇ ਵੀਰ ਕਾਲੀਆਂ ਤੋਂ ਵੀ ਆਏ ਹੈ ਸਰਦਾਰ ਗੁਰਵੀਰ ਸਿੰਘ ਜੀ ਢਿੱਲੋਂ ਸਾਹਿਬ ਉਹ ਵੀ ਸਾਡੇ ਦਰਮਿਆਨ ਪੁੱਜੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਆਪਾਂ ਕਰਦੇ ਹਾਂ ਕਿ ਬਾਪੂ ਹੁਣ ਸ਼ੇਰ ਬਣ ਕੇ ਸੰਦੀਪ ਕੋਟੀ ਦਾ ਪਲੇਅਰ ਬਣ ਕੇ ਯਾਰ ਬੇਲੀ ਰਿਸ਼ਤੇਦਾਰ ਮਾਣ ਸਾਰੇ ਕਰਦੇ ਤੇ ਖੂਣਾ ਬੇੜਾ ਕੋਈ ਨੀ ਕਿਸੇ ਨੂੰ ਜਾਣਦਾ ਉਹ ਪੁੱਤ ਜਿੰਨਾ ਜਿੰਨਾ ਬਾਵਾਂ ਦੇ ਪਲੇਅਰ ਬਣਦੇ ਤੇ ਨਾ ਉੱਚਾ ਹੋ ਜੇ ਜਿਹੜਿਆ ਵੀ ਸਾਰੇ ਖਾਣ ਦਾਨ ਦਾ ਪੁੱਤ ਜਿੰਨਾ ਮਾਮਾ ਦੇ ਪਲੇਅਰ ਬਣਦੇ ਲਓ ਗੁਰੂ ਬਿਨਾਂ ਜਿਹੜਿਆ ਗਿਆਨ ਹੁੰਦਾ ਨੀ ਮਿਹਨਤਾਂ ਤੋਂ ਬਿਨਾਂ ਕੋਈ ਮਹਾਨ ਹੁੰਦਾ ਸਿੱਖੇ ਬਿਨਾਂ ਗੱਲ ਨਾ ਬਣੇ ਅੱਜ ਨਾ ਬਣੇ ਤੇ ਚਾਹੇ ਕੱਲ ਨਾ ਬਣੇ ਦਾਤੇ ਸਿੱਖੇ ਬਿਨਾਂ ਗੱਲ ਨਾ ਬਣੇ ਦਾਤੇ ਸਿੱਖਣੇ ਪੈਂਦੇ ਹੈ ਗੁਰੂ ਧਾਰਨੇ ਪੈਂਦੇ ਹੈ ਤੇ ਫੇਰ ਕਿਤੇ ਜਾ ਕੇ ਦੁਨੀਆਂ ਸਰਨਾਵੇ ਬੁਝਦੀ ਹੈ ਇੱਕ ਪਾਸੇ ਖਿਡਾਰੀ ਨੂੰ ਲਓ ਹਰਿਆਣੇ ਦੇ ਵਿੱਚ ਕਹਿੰਦੇ ਮੁੰਡੇ ਨੂੰ ਪਿੱਟੂ ਕਹਿੰਦੇ ਆ ਕੋਈ ਸਾਲੂ ਕਹਿੰਦਾ ਹੈ ਇਹ ਆ ਰਾਮੇ ਸਰਪੰਚ ਦਾ ਪੁੱਤਰ ਕਲਾਵਤੀ ਦੇਵੀ ਦੇ ਕੁੱਖ ਦਾ ਸ਼ਿੰਗਾਰ ਹੈ 1986 ਨੂੰ ਜਨਮ ਹੋਇਆ ਹੈ ਰਾਮੇ ਸਰਪੰਚ ਦੇ ਘਰ ਤੇ ਪਿਤਾ ਨੇ ਸੋਚਿਆ ਨਹੀਂ ਹੋਣਾ ਮੇਰਾ ਪੁੱਤਰ ਵੀ ਵਾਲੀਬਾਲ ਦਾ ਇੱਕ ਸਟਾਰ ਬਣ ਜੂ ਵਿੱਚ ਪੰਜਾਬ ਦਿਲਾਂ ਦਾ ਹਾਰ ਬਣ ਜੂ ਰਾਮੇ ਸਰਪੰਚ ਨੇ ਸੋਚਿਆ ਨਹੀਂ ਹੋਣਾ ਉਹ ਮੇਰਾ ਪੁੱਤਰ ਵੀ ਖਿਡਾਰੀ ਸਟਾਰ ਬਣ ਸ਼ੇਰਾ ਕਾਸੂ ਬੇਗੂ ਵਾਲਾ ਇੱਧਰ ਇੱਕ ਦਾ ਮੈਚ ਵੀ ਦੱਸੀ ਉਹ ਵੀ ਬੜਾ ਸਮਾਂ ਹੋ ਗਿਆ ਇੱਕ ਪਾਸੇ ਖੇਡਦਾ ਮੁੰਡਾ ਦੇ ਟਿਕਾਣੇ ਲਾ ਦਿੱਤੀ ਨੰਬਰ ਦੱਸੋ ਸਾਡਾ ਵੀਰ ਇੱਕ ਨੰਬਰ ਗਰਾਊਂਡ ਚ ਇੱਕ ਗੱਲ ਹੋਰ ਆ ਵੀ ਦੀਪ ਸਿੰਘ ਵਾਲੇ ਦੀ ਤੇ ਕਾਹਲੀ ਟੀਮ ਨੂੰ ਪਤਾ ਲੱਗਦਾ ਵੀ ਕਿਹੜੀ ਟੀਮ ਨਾਲ ਮੈਚ ਖੇਡ ਕੇ ਆਈ ਹੈ ਮੁੰਡਿਆਂ ਦਾ ਡਿਫੈਂਸ ਐਨ ਮੰਨਣ ਹਿੰਮਤਪੁਰੇ ਟੂਰਨਾਮੈਂਟ ਹੋਇਆ ਮੈਚ ਆ ਗਿਆ ਹੌਲਦਾਰ ਕਹਿੰਦਾ ਵੀ ਚੱਲ ਮੈਚ ਸੌਖਾ ਆ ਗਿਆ ਹੈ ਸੈਮੀ ਵਧੀਆ ਲੱਗ ਜੂ ਤੇ ਮੈਚ ਕਾਹਦਾ ਵੀ ਦਿਨ ਚੜ ਗਿਆ ਰੋਸ਼ਾ ਦੀ ਏ ਟੀਮ ਤੇ ਸਾਫੂ ਵਾਲਾ ਸਾਡੇ ਸਰਕਾਰ ਦੇ ਯੋਗ ਸਰਦਾਰ ਗੁਰਮੇਲ ਸਿੰਘ ਜੀ ਢਿੱਲੋਂ ਸਾਹਿਬ ਉਹ ਕਹਿੰਦੇ ਜਿਹੜਾ ਕੱਬਿਆਂ ਤੋਂ ਕੱਬੇ ਵਾਲਾ ਸੁਣਾਇਆ ਨਾ ਤੇ ਦੋਨਾਂ ਬੁਲਾਰਿਆਂ ਲਈ ਵੱਡਾ ਜਿਹੜਾ ਮਾਣ ਭੇਜਿਆ ਮੈਂ ਧੰਨਵਾਦ ਕਰਨਾ ਹੈ
ਦੋਨਾਂ ਬੁਲਾਰਿਆਂ ਲਈ ਵੱਡਾ ਮਾਣ ਸਰਦਾਰ ਗੁਰਮੇਲ ਸਿੰਘ ਜੀ ਸਾਡੇ ਢਿੱਲੋਂ ਸਾਹਿਬ ਵੱਡਾ ਮਾਣ ਦੋਨਾਂ ਬੁਲਾਰਿਆਂ ਲਈ ਧੰਨਵਾਦ ਕਰਕੇ ਮਾਰੀ ਹੈ ਤੇ ਫਤਿਹਗੜ੍ਹ ਵਾਲਾ ਉਧਰ ਇੱਕ 100 ਪਨੀਰੀ ਵਾਲੇ ਆਈਟਮ ਬੰਬ ਦੇ ਲਈ ਆ ਗਿਆ ਹੈ ਲੈ ਵੀ ਬਿੱਲੂ ਦੁਨੀਆ ਤਿਆਰ ਕਰ ਰਹੀ ਕੋਈ ਟੱਪਾ ਪਾਵੇ ਗੱਲ ਫੇਰ ਬਣਦੀ ਹੈ ਇਧਰ ਪਾਲੂ ਨੂੰ ਵੀ ਕਈ ਪਲੇਅਰਾਂ ਨੇ ਘੇਰਾ ਪਾਇਆ ਹੈ ਵਾਕੇ ਕਹਿੰਦੇ ਐਨ ਗੱਲਾਂ ਹੁਣ ਟਿਕਾਣੀ ਹੈ ਲੈ ਵੀ ਪਾਲੂ ਤੂੰ ਵੀ ਪ੍ਰਧਾਨ ਹੈ ਤੇ ਪ੍ਰਧਾਨਗੀ ਸੌਖੀ ਨੀ ਸਾਰੀ ਦੁਨੀਆ ਨੂੰ ਖੁਸ਼ ਕਰਨਾ ਪੈਂਦਾ ਇਧਰ ਸਰਦਾਰ ਅਮਰਜੀਤ ਸਿੰਘ ਜੀ ਸਾਡੇ ਵਾਕਈ ਖੰਭਣ ਵਾਲਾ ਪਿੰਡ ਹੈ ਤੇ ਕਹਿੰਦੇ ਸਰਬਸੰਮਤੀ ਨਾਲ ਸਰਪੰਚੀ ਮਿਲੀ ਹੈ ਨਹੀਂ ਤੇ ਗੱਲਾਂ ਬਾਤਾਂ ਕਹਿੰਦੇ ਪੰਜਾਬ ਦੀ ਆਪਾਂ ਨੂੰ ਪਤਾ ਹੀ ਹੈ ਕਿ 60 ਲੱਖ ਤੇ ਗਈ ਸਰਪੰਚੀ ਤੇ ਵੋਟਾਂ ਪਈਆਂ ਢੁੰਡ ਕੱਢ ਕੇ ਕਹਿੰਦੇ ਕਹਿੰਦੇ ਗੱਲਾਂ ਜੀਤੇ ਵਾਲੇ ਨੇ ਕੀਤੀਆਂ ਹੈ ਗੱਲਾਂ ਕਹਿੰਦੇ ਆਏ ਟਿਕਾਣੇ ਸਰਪੰਚ ਸਾਹਿਬ ਬੈਠੇ ਹੈ ਲਵਨੀਤ ਕਲੱਬ ਕਾਲੀ ਵਾਲਾ ਤੇ ਉਪਲਾ ਲੱਖੇ ਕੀ ਵਾਲਾ ਲਵਨੀਤ ਕਲੱਬ ਕਾਲੀਏ ਵਾਲਾ ਤੇ ਉਪਲਾ ਦੇ ਖਿਡਾਰੀ ਆ ਜਾਓ ਜੀ ਜਲਦੀ ਦੇ ਨਾਲ ਮੈਚ ਬੜਾ ਤਕੜਾ ਹੈ ਛੋਟੇ ਛੋਟੇ ਬੱਚੇ ਬੜਾ ਫਨ ਸਨ ਕਰ ਰਹੇ ਹੈ ਐਨ ਲਲਕਾਰੇ ਵੱਜ ਰਹੇ ਹੈ ਬੜੇ ਹੁੱਲੇ ਹਿਲਾ ਰਹੇ ਹੈ ਤੇ ਨੰਬਰ ਮੈਂ ਦੇਖਦਾ ਵੀ ਥੰਮਣ ਵਾਲੇ ਦੀ ਟੀਮ ਲਈ ਜੁੜ ਗਿਆ ਹੈ ਲਿਖਿਆ ਕਿੰਨੇ ਨੰਬਰ 7 ਉੱਧਰ 13 7 ਨੰਬਰ ਦੀ ਟੀਮ ਦੇ ਤੇ 13 ਨੰਬਰ ਕਹਿੰਦੇ ਗੰਢੂਆਂ ਦੀ ਟੀਮ ਤੇ ਹੈ ਬਹੁਤ ਵਧੀਆ ਮੈਚ ਖੇਡ ਜਾ ਰਹੇ ਹੈ ਲਓ ਬੱਲੇ ਬੱਲੇ 7 ਤੋਂ ਵੱਧ ਕੇ 8 ਹੋ ਗਏ ਹੈ ਉਹਦਾ ਜ਼ੋਰ ਲੱਗ ਗਿਆ ਬੜੇ ਪਿਆਰੇ ਆ ਨਿੱਕੇ ਨਿੱਕੇ ਬੱਚੇ ਜੀ ਕਰਦਾ ਬੋਰੀ ਚ ਪਾਈਏ ਤੇ ਬਠਿੰਡੇ ਨੂੰ ਲੈ ਜਾਈਏ ਬੜੇ ਪਿਆਰੇ ਹੈ ਨਿੱਕੇ ਨਿੱਕੇ ਬੱਚੇ ਸਾਰੀਆਂ ਚੀਜ਼ਾਂ ਤੋਂ ਜਿਹੜਾ ਬਚਿਆ ਹੁੰਦਾ ਬੱਚਾ ਬੱਚਾ ਜਿਹੜਾ ਸਾਰੀਆਂ ਚੀਜ਼ਾਂ ਤੋਂ ਉਧਰ ਸਾਡੇ ਬਾਈ ਜਸਵਿੰਦਰ ਰਾਏ ਜੀ ਕਨੇਡਾ ਤੋਂ ਉਹ ਕਹਿੰਦੇ 1100 ਦਾ ਸਨਮਾਨ ਕਰਾਂਗੇ ਟੀਮ ਦੀ ਟੀਮ ਜਿੱਤਦੀ ਹੈ ਜੇ ਥੰਮਣ ਵਾਲਾ ਬੀ ਟੀਮ ਜਿੱਤੇ ਤੇ ਬਾਈ ਜਸਵਿੰਦਰ ਰਾਏ ਜੀ ਕਨੇਡਾ ਉਹ ਕਹਿੰਦੇ ਆਪਾਂ ਸਨਮਾਨ 1100 ਦੇ ਨਾਲ ਕਰ ਦੇਣਾ ਉਧਰ ਬਾਈ ਖੁਰਪ੍ਰੀਤ ਗੁਰਾਰਾ ਆਸਟ੍ਰੇਲੀਆ ਪੰਡੋਰੀ ਵਾਲੇ ਦਿੱਲੀ ਦੀਆਂ 5 ਬਾਲਾਂ ਦਾ ਦਵਿੰਦਰ 2100 ਗੁਰਪ੍ਰੀਤ ਗਜ਼ਾਰਾ ਸਾਡਾ ਵੀ ਆਸਟ੍ਰੇਲੀਆ ਵਾਲਾ ਜੇ ਪੰਡੋਰੀ ਦਾ ਬਿੱਲੂ 5 ਬਾਲਾ ਕ੍ਰਾਸ ਕਰਦਾ ਹੈ ਤੇ 2100 ਦਿੱਤਾ ਜਾਵੇਗਾ ਉਧਰ 7070 ਗੱਡੀ ਦਾ ਨੰਬਰ ਹੈ ਜੀ ਜਸਵੀਰ ਦੀ ਗੱਡੀ ਉਹ ਰਸਤੇ ਹੀ ਖੜੀ ਹੈ ਉਹ ਇੱਕ ਸਾਈਡ ਤੇ ਗਗਨ ਗੱਲ ਰਣਜੀਤ 7070 ਨੰਬਰ ਹੈ ਜਸਵੀਰ ਦੀ ਗੱਡੀ ਹੈ ਅਪਡੇਟ ਵੀਰੇ ਵੇਟ ਕਰ ਲਓ ਰਣਜੀਤ ਜੀ ਸਾਈਡ ਤੇ ਕੀਤੀ ਜਾਵੇ ਰਣਜੀਤ ਜੀ ਅਪਡੇਟ ਕਰਾਂਗੇ ਵੇਟ ਕਰ ਲਓ ਸਾਹਿਬ ਸਰਦਾਰ ਅਮਰਜੀਤ ਸਿੰਘ ਜੀ ਉਹ ਕਹਿੰਦੇ ਬਾਈ ਜਗਦੀਪ ਜਿੰਨੇ ਨੰਬਰ ਜੋੜੇ ਆ ਆਪਾਂ ਹਿਸਾਬ ਕਿਤਾਬ ਸਟੇਜ ਤੇ ਕਰਨਾ ਤੇ ਸਾਰੇ ਪੈਸੇ ਬਾਂਦੇ ਦੇਵਾਂਗੇ ਹਰ ਇੱਕ ਨੰਬਰ ਤੇ 100 ਹੈ ਆਸਟ੍ਰੇਲੀਆ ਵਾਲੇ ਦੀ ਨੀ ਨੰਬਰ ਇੱਕ ਵਾਰੀ ਦੱਸ ਵੀ ਲੈਣੇ ਵਾਲੀ ਆ ਕਿੰਨੇ ਕਿੰਨੇ ਗੱਭਰੂਆ ਨੰਬਰ ਕਿੰਨੇ ਜਸਪ੍ਰੀਤ ਸਾਹਮਣ ਵਾਲੀ ਆ ਕਿੰਨੇ ਕਿੰਨੇ ਨੰਬਰ ਹੋ ਗਏ ਹੈਰੀ ਗੱਲ ਸਿੱਧੂ ਨਹੀਂ ਉਧਰ ਗੋਪੀ ਉਸਤਾਦ ਗਿੰਦਰ ਕਹਿੰਦਾ ਜੀ 5 ਬਾਲਾ ਕ੍ਰਾਸ ਕਰੇ ਤੇ 1100 ਗਿੰਦਰ ਓਕੇ ਓਕੇ ਅਮਰਦੌਲ ਕਹਿ ਦਿੰਦੇ ਦਾ ਮੈਚ 14 ਆੜੀ ਦੇ ਬਲਾ ਤੇ 13 ਜੱਕਾ ਪਾ ਕੇ ਰਾਣੀ ਨਾ ਬੋਲ ਕੇ ਨਾ ਖੇਡ ਕਾਕਾ ਕੰਮ ਨਾ ਖਰਾਬ ਹੋਵੇ ਆਪਣਾ ਪੰਜਾਬ ਹੋਵੇ ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ ਆਪਣਾ ਪੰਜਾਬ ਹੋਵੇ ਲਓ ਧਰਤੀ ਕਹਿੰਦੇ ਪੰਜਾਬ ਦੀ ਹੈ ਬੜਾ ਗਿਆਨ ਦਾ ਇੱਧਰ ਥੰਮਣ ਵਾਲੇ ਦੀ ਬੀ ਟੀਮ ਹੈ ਆਸਟ੍ਰੇਲੀਆ ਦੇ ਵਿੱਚ ਵੀ ਖੇਡ ਮੈਦਾਨ ਕੋਚ ਸਾਹਿਬ ਵੀ ਕਹਿੰਦੇ ਜਿਹਨੇ ਸਰਵਿਸ ਕੀਤੀ ਸਰਵਿਸ ਕਰਦਾ ਕਹਿੰਦੇ ਸਟਾਈਲ ਜਿਹੜਾ ਵੱਖਰਾ ਜ਼ਰੂਰ ਕਰੋ ਵੀਰੇ ਤਗੜਾ ਮੈਚ ਇੱਕ ਪਾਸੇ ਸਾਫ਼ ਹੋ ਰਿਹਾ
रतन घड़िया बहुत प्यारा वीर है जिथों का दर्शन भी कनेडा जावड़े है रेपे का आदमपुरा एंड गल बात होनी है जमा किराया पालू पटाके किराया मांगता सी गोपी देखला सामने वो कहता मैं दूर आया इना किराया नहीं गोपा गोपे का जसविंदर कर दे वरे दस दे वेट करो दस दे वरे गोपे मान आया कि नहीं वेट करो मैच आ भी बड़ा तकड़ा है काली वाले की टीम भी आ गई तो उपला की टीम भी आ गई है गोलू उपला बड़ा आ गया तो विक्की भी आ गया है मैच आ भी कहते बहुत टॉप का खेडा जाना है नाल गोगी ते नाल चरना वो भी बैठे मैचा का आनंद मार रहे है उन्हों का भी धन्यवाद है चरना साडा वीर नाल पीता ते गोगी वो भी मित्र मंडली बैठी इधर जसविंदर ढिलो भी अज ढिलवा के पिंड ढिलो आया कल औरतों के पिंड औरत गया अज ढिलो भी पूरा खुश है ढिलवा के पिंड च कहते वड्डी रौनक लगी है झखड़ वाली भी दूरी तय करके आया है नाल दविंदर है सर वाली तो साडा वीर गगू गिल भी पुजया है पंजाब की जिंदजान वालीबॉल शूटिंग पंजाब की जिंदजान पेज के जरिए पूरी दुनिया भर के अज का खेल मेला जरा लाइव किया जा रहा है उधर पंसाब पेज मुन्ना तरखान वाला वो भी साडा वीर कैमरे फोकस करी बैठा है तरखान वाले के मुंडे का भी धन्यवाद है लाडी गलती कर गया ने बड़ा वधिया मैच आपां लवनीत क्लब कालिए वाला दो टीम आ गई है करवा दे वीरे मैच शुरू जल्दी दे नाल ग्राउंड नंबर 3 दे विच लवनीत क्लब कालिए वाला ते उपला दोनों टीमें आ गई उधर भी 13 नो चेंज है भाई आपां इधर भी शुरू करवा दे फिर सुना देने हैं गुरविंदर सारे सुना देने हैं हौली हौली वेट करो यार उधर सारा कुछ मेरे हिसाब नाल लाडी ते टल जाना है सारा कुछ लाडी नु चरना पैना है इज्जत वाली आ लाडी उधर कोकरी गड़ाले यार भी पुज गए बड़ा धन्यवाद अज सुखू का कहते सन्मान भी जरा किया जाएगा कोकरी वाले प्रशादा खुला चलता प्रशादा पानी छको कुर्सी वाल सब लो मेला थोड़ा ही है सन्मान जरा वीर वालों किया जाएगा बड़ा धन्यवाद सारे वीर का और देखो सामने पटोरी वाला बिलू कोशिश करता पर सफलता दूर है कि जचदा नहीं सदा बनता पेंट कोटा ना ते कली गल बनती नी यारो नेता ना वजदे कसूती सट गिल रौतिया ओ पीड़ा भी नी फिरता सहार हुंदी आ करे की नशेड़ी दी पुजारी जड़ा थानी मावा चुम्मे वार हुंदी आ मैच निर्मल दसदे वीरे वेट कर लो राहुल कदारा धन्नवाद वीरे हर थानी मावा चुम्मे वार हुंदी आ किन्ना मिठा
बोलते हैं वाकई गल टिकाने सफलता पनिहारी ने खाते जेडे आसे पास भी ਕ੍ਰਿਸ਼ਨ ਗੰਦਾਰਾ ਵੈਲਕਮ ਬਾਈ ਕਰਮਜੀਤ ਅਲੀਪੁਰ ਓਕੇ 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 ਠੀਕ ਹੈ ਠੀਕ ਹੈ ਵੀਰੇ ਉਧਰ ਤਾਰਾ ਗਿੱਲ ਜੀ ਅਮਣਾ ਗਿੱਲ ਹਰਮਨ ਗਿੱਲ ਕੀ ਯਾਰ ਵੀਰੇ ਰੋਸ਼ਾ ਦਾ ਗਿੱਲ ਫੈਮਲੀ ਮੈਚ ਦਿਖਾਵਾਂਗੇ ਮੈਚ ਬੜੇ ਟੌਪ ਦੇ ਖੇਡੇ ਜਾ ਰਹੇ ਆ ਆਊਟ ਬਾ ਗਿੱਲ ਫੈਮਲੀ ਦੇ ਢਿੱਲੋਂ ਸਾਹਿਬ ਧੰਨਵਾਦ ਕਰਾਂਗੇ ਜਿਹੜੀ ਦੋ ਦਿਨ ਪੜ ਲੱਗ ਕੇ पर आ गबरू भी आने वाले समय का वधिया खिडारी बनना इन्हें नंबर का वाधा कर दिता है छोटी उम्र के खिडारी यह भी वधिया बन गया लाठी खेडदा ते सर्विस हुण शिमी ने करनी है चा पिलू ने गल समय दिया मेरे मित्रों यह पड़ोरी वाला आइटम बंप तुड़िया कहती है यह जो अपनी आई दे आज फिर मैच का एक पास ही कर देता है कि चौड़ रणजीत सुखू थम्बण वाले का रौली वाला किलो बई और चौथा फतेहगढ़ वाला पिलू कुट्टा का दुते बा छिल गई किंग ते नहीं बाल बोल लगती सारे हम गए मैच कर दिता कला एक पास पंडी कालिए वाले अन्ना चोर ते सुनखा राजपाल मगरों वो सब खेडा का क्रेज फिका पै जूगा चौदह नंबर पनिहारी भी 11-14 बिल्ला नेड़े तड़ी है तंदूर से डिगू जरूर उधर जेकर इज्जत वाले दी टीम एन 11-14 बालों बाग बबलू बबलू सिरा बिल्लू दी टीम दा कीता जाना है जसविंदर राय जी भी विशेष तौर पर पहुंचे आया इहदा मैचां नूं देखण दे लई वेलकम वेलकम जुप्पा भाई बिल्लू दी टीम जेकर चलदे होए वेलकम जुप्पा धन्नीवाल लै वी बिल्लू फड़ तैयारी ओह सारियां स्कीमां तेरे ते लगियां है जेकर पंज बाला क्रॉस करे 14-11 चेंज भाई फटे बाण ते सरदार पर गलती देखो उधरले पासे सरदार 14-11 चेंज की कर बैठा है उधर मैच जेड़ा तेरे नंबर शेर गुरविंदर वेट कर ला वीरे कमेंटर ने छोड़े शेर यार चला दे मेरे कोई नहीं मैच बड़ा तगड़ा है जरा की हाल है मैदान में जेड़ा खेडा जा रहा है ब्राड हुसैन खलारा मैदान में ठिक दी लकीर सुखू दा अगला मैच है लगू की दा तगड़ा शरीर पिल्लू का दा लाडियो मार दे पाला जितण दी देड़े होर मित्रों ते सामने गुरविंदर वेट कर ला वीरे सुनाद ने आ भी शेर ओ लाके टवलिया पट्टा दा पूरा जोर मित्रों पर बिल्लू इतना गल नहीं बननी सारिया स्कीमां तेरे ते यार बिल्लू काफी दिनों बाद आया है कुछ ना कुछ करके दिखाना पैना खेड दे मैदान च मेरे ख्याल च नंबर 7 एक होर जुड़ गया उधर 15-11 ते 11 नंबर 16 हो गया 16-11 गेम पॉइंट आ गया लास्ट आ जाओ जी अगले मैच 16-11 थम्मण वाला ए आदमपुरा ओए सिरा लो जी पनेरी जेतू है जी चलते मैच चो अगला मैच थम्मण वाला ते आदमपुरा थम्मण वाला ए ते आदमपुरा सुखू रहा मैच हर सिंह गंदारा एक का भी मैच बोले तो बाद रवि शर्मा की आला रवि एक नंबर ग्राउंड हर सिंह गंदारा धन्यवाद वीरे